ਹੁਣ ਘਾਹ ਪੈਂਦਾ ਪਈ ਇਹਨਾਂ ਨੂੰ, ਇਹ ਚੈੱਕ ਕਰੋ ਅਸਲਾਮ ਅਲੈਕੁਮ ਗਾਇਸ, ਕਿਆ ਹਾਲ ਹੈ, ਤਬੀਅਤ ਸੇ ਠੀਕ ਹੈ, ਉਮੀਦ ਕਰਤਾ ਆਪ ਸਭ ਖੈਰੀਅਤ ਸੇ ਹੋਂਗੇ। ਵੈਲਕਮ ਬੈਕ ਟੂ ਮਾਈ ਚੈਨਲ ਸ਼ਿਬਾਜ਼ ਆਸ਼ਿਕ ਤੇ। ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਤੇ ਹੁਣ ਅੱਜ ਇੱਕ ਨਵਾਂ ਸਭ ਵਲੌਗ ਲੈ ਕੇ ਆਏ ਹਾਂ ਦਿਹਾਤ ਦੇ ਬਾਰੇ ਚ। ਓਵਰ ਐਕਟਿੰਗ ਕੀ ਔਲਾਦ, ਤੇਰੇ ਕੋ ਬਰਾਬਰ ਹੋਤਾ ਨਹੀਂ ਕਿਆ ਬੋਲਨੇ ਕੋ, ਚਲੇ ਇੱਕ ਕੰਮ ਕਰ, 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ। ਇਨਸ਼ਾਅੱਲਾ ਹੁਣ ਬਾਈ ਦੇ ਘਰ ਆਏ ਹੋਏ ਆ, ਥੋੜੇ ਮੈਂ ਕਿ ਵੀਡੀਓ ਸ਼ੀਡੀਓ ਬਣਾ ਲਵਾਂ ਤੇ ਉਸ ਤੋਂ ਬਾਅਦ ਇਨਸ਼ਾਅੱਲਾ ਮੈਂ ਤੁਹਾਨੂੰ ਵਲੌਗ ਸ਼ਲੌਗ ਵਿਖਾ ਸਾਂ। ਅੱਜ ਆਏ ਈਦ ਦਾ ਪਹਿਲਾ ਦਿਨ ਤੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਈਦ ਮੁਬਾਰਕ ਤੇ ਰੋਜ਼ੇ ਮੁਬਾਰਕ, ਤਰਾਵੀ ਮੁਬਾਰਕ ਸਾਰਿਆਂ ਨੂੰ ਮੇਰੀ ਤਰਫੋਂ। ਭਾਈ ਜਾਨ ਅਗਰ ਕੋਈ ਗਲਤੀ ਗੁਸਤਾਖੀ ਹੋਈ ਤਾਂ ਮਾਫ ਕਰਿਆ, ਠੀਕ ਹੈ। ਤੇ ਇਨਸ਼ਾਅੱਲਾ ਹੁਣ ਨਵੇਂ ਨਵੇਂ ਅੱਛੇ ਅੱਛੇ ਵਲੌਗ ਲਾਇਕ ਰਹੇ ਸੋ ਦੇਸੀ ਬੰਦਿਆਂ ਦੇ। ਉਹ ਜਨਾਬ ਸਾਡਾ ਭਾਈ ਖੜਾ ਹੈ, ਅਸਾਂ ਭਾਈ ਦੇ ਘਰ ਆਏ ਸੀ, ਗਾ ਪੱਠੇ ਕਰੇਂਦਾ ਪਈ ਆਈ ਤੇ ਮੈਂ ਕਿਹਾ ਚੱਲ ਵਲੌਗ ਬਣਾ ਲਓ। ਅੱਜ ਈਦ ਦਾ ਸੂਟ ਸੀ, ਇਹ ਆਪ ਟੋਪੀ ਪਾਈ ਹੋਈ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਕਾਟਨ ਦਾ ਸੂਟ ਪਾਇਆ ਸੀ ਤੇ ਇਹ ਸੂਟ ਜਿਹੜਾ ਹੈ ਆਪਣੇ ਸਪੈਸ਼ਲ ਗੈਸਟ ਇਨਸ਼ਾਅੱਲਾ ਉਹ ਆਪ ਰਾਜ਼ ਹੀ ਰੱਖੇ ਨੇ ਕੱਲ੍ਹ। ਇਹ ਦੇਖੋ ਇਹਦੇ ਗਾਹ ਵੱਢਣ ਦਾ ਤਰੀਕਾ ਕਾਰ, ਗਾਹ ਸਾਰਾ ਗਾਲ ਹੀ ਬੈਠਾ ਹੈ, ਇਹਨੂੰ ਵੱਢਣ ਦਾ ਡਾ ਨਹੀਂ ਆਉਂਦਾ ਪਈ ਆ। ਆ ਗਿਆ ਸਹੀ ਤਾਂ ਇਹ, ਹਾਂ ਇਵੇਂ ਹੌਲੇ ਹੌਲੇ ਆਵੇ ਸੀ ਡਾ, ਇਹਨੂੰ ਟੈਨਸ਼ਨ ਨਹੀਂ ਲਾਉਣੀ, ਠੀਕ ਹੈ। ਸ਼ਾਬਾਸ਼ ਬੱਚੇ, ਸ਼ਾਬਾਸ਼, ਅੱਛਾ ਕੰਮ ਕਰ ਰਿਹਾ ਯਾਰ। ਆ ਵੱਡੇ ਸੋ ਤਾਂ ਕੋਈ ਤੁਹਾਨੂੰ ਸਮਝ ਆ ਸੀ ਬੇ ਨਹੀਂ ਘਾਹ ਵੱਢਣਾ ਹੁੰਦਾ। ਸਹੀ ਹੈ, ਠੀਕ ਹੈ ਠੀਕ ਹੈ, ਲੱਗੇ ਰਹੋ, ਇਹ ਸਾਰਾ ਗਾਹ ਮੁਕਾ ਦੇਣਾ ਇਹ 10 ਮਿੰਟਾਂ ਚ। ਗਾਇਸ ਹਾਂ, ਹੁਣ ਆਏ ਹੋਏ ਆ ਆਪਣੇ ਭਾਈ ਕੋਲ, ਇਹ ਸਾਡੀ ਮਹਿਮਾਨ ਨਵਾਜ਼ੀ ਕਰੇਂਦਾ ਵੀ ਹੈ। ਮਹਿਮਾਨ ਨਵਾਜ਼ੀ ਉਹਨੇ ਅਸਾਂ ਗਾਹ ਵੱਢਵਾਉਂਦੇ ਉਹਨੇ। ਹਾਂ ਇਹ ਅਸੂਲ ਹੈ ਪਈ ਆ ਵਿਆਹਤਾ ਦਾ। ਇਹ ਜਨਾਬ ਹੁਣ ਸਾਡਾ ਵਿਰਾ ਕਰੇਂਦਾ ਪਈ ਹੈ, ਥੋੜ੍ਹੀ ਮਿਹਨਤ ਅਤੇ ਵਡਾਤਰੀ ਵਿੱਚ ਪਾ ਦਿੱਤੀ ਹੈ ਅਤੇ ਹੁਣ ਗੱਡ ਬਦੇਂਦਾ ਪਈ ਹੈ, ਫਿਰ ਹਮ ਇਸਕੋ ਲੈ ਕੇ ਜਾਏਂਗੇ ਪਾਠੋ ਕੋ ਡਾਲੇਂਗੇ। ਮਾਸ਼ਾਅੱਲਾ ਦੇਖੋ, ਯੇ ਹੋਤੇ ਹੈ ਵੇਲੇ ਮੁੰਡੇ ਔਰ ਦਿਹਾਤੀ ਮੁੰਡੇ। ਹੁਣ ਇਨਸ਼ਾਅੱਲਾ ਆਪਾਂ ਚੱਲਦੇ ਹਾਂ, ਜੇ ਗਾਈਆਂ ਸ਼ਾਈਆਂ ਦੀ ਕਹਿੰਦੇ ਆ ਤੁਹਾਨੂੰ, ਠੀਕ ਹੈ, ਹਿਸਾਬ ਕਿਤਾਬ। ਭਾਈ ਲੈ ਕੇ ਵੇਂਦੇ ਭੈਣ ਦੇ ਰੇ ਹੋਏ ਜਾ ਕੇ, ਉਹ ਉਹਨੇ ਉਹਨੇ ਬਚ ਗਈਆਂ ਗਟਰ ਤੋਂ ਬੈਠਾਉਣ ਲੱਗਾ ਗਏ ਅਤੇ ਇਨਸ਼ਾਅੱਲਾ ਬਚ ਗਈ, ਜਮਣ ਲੱਗਿਆ ਜੀ ਟੋਪੀ ਅਤੇ ਬਾਅਦ ਇਨਸ਼ਾਅੱਲਾ। ਗਾਈਸ ਸਾਰੇ ਆਖਦੇ ਪੈਣ ਕਿ ਟੋਪੀ ਬੜੀ ਅੱਛੀ ਲੱਗਦੀ ਪਈ, ਮੈਂ ਆਖਿਆ ਚਲੋ ਈਦ ਤਾਂ ਅੱਜ ਹੀ ਉਸ ਚੱਲਦੀ ਸੀ ਅਤੇ ਹੁਣ ਸਮੇਂ ਦੇ ਪੈ ਗਾਈਆਂ ਨੂੰ ਦਿਖਾਉਣੇ ਆ ਤੁਹਾਨੂੰ, ਅਸੀਂ ਤੁਹਾਨੂੰ ਦਿਖਾਇਆ ਸੂ ਵੱਛੀਆਂ ਅਤੇ ਇਨਸ਼ਾਅੱਲਾ ਬੜੇ ਵਿਰਾਹ ਨੇ ਪਾਲੇ ਹੋਏ ਡੂ ਵੱਛੇ, ਹੁਣ ਤੁਹਾਨੂੰ ਦਿਖਾਉਣੇ ਆ ਵੱਛੀਆਂ। 1 2 3 ਇਹ ਚੈੱਕ ਕਰੋ, ਹੁਣ ਗਾਹ ਪੈਂਦਾ ਪਈ ਇਹ ਨਾਲ, ਇਹ ਚੈੱਕ ਕਰੋ ਮਾਸ਼ਾਅੱਲਾ, ਹੁਣ ਗਾਹ ਖਾ ਰਹੀ ਹੈ। ਸ਼ਾਬਾਸ਼, ਇਹ ਵੇਖੋ ਬੜੀ ਛਿੱਤੀਆਂ ਹੋਈਆਂ ਖੜੀਆਂ ਗਾਹ ਖਾ ਖਾ ਕੇ ਨਾ। ਔਰ ਇਹ ਵਾਲਾ ਵੱਛਾ ਤਾਂ ਬਾਈ ਬੜਾ ਕੁਟੇਂਦਾ, ਇਹ ਵੇਖੋ ਇਹ ਤੇਰੀ ਖੈਰ ਹੋ, ਵੇਖਿਆ ਇਹ ਹੁਣੇ ਤੁਹਾਨੂੰ ਦਿਖਾਉਣਾ ਇੱਕ ਦਫ਼ਾ।
ਵੇਖਿਆ ਇਹ ਇਹਦੇ ਕੋਲ ਬਚ ਕੇ ਰਵੇ ਭਾਈ ਜਾਨ। ਇਹ ਤਕਰੀਬਨ ਤੁਹਾਨੂੰ ਮਿਲ ਵੇ ਸੀ 80,000 ਦਾ, ਇਹ ਮਿਲ ਵੇ ਸੀ 70,000 ਦਾ, ਅਤੇ ਜੇ ਲਾਉਣਾ ਹੋਵੇ ਅਤੇ ਸਾਨੂੰ ਕਮਿਟੀ ਦੱਸ ਦੇਵੇ, ਨੰਬਰ ਅਸੀਂ ਤੁਹਾਨੂੰ ਦੇ ਰਹੇ ਸੂ। ਇਹ ਸਾਡਾ ਭਾਈ ਹੈ ਪਈਆ, ਵੱਡਾ ਭਾਈ ਹੈ, ਅਤੇ ਇਹਨੂੰ ਜ਼ਰਾ ਸਪੋਰਟ ਕਰੋ, ਠੀਕ ਹੈ। ਬੇਰੁਜ਼ਗਾਰ ਹੈ ਪਈਆ, ਸਿਰਫ ਘਰ ਵੱਠੇ ਛੱਠੇ ਕਰ ਜਾਂਦਾ, ਠੀਕ ਹੈ, ਅਤੇ ਸਿਰਫ ਵਿਹਲਾ ਵਧਾ ਰਹਿੰਦਾ, ਇਹਦਾ ਕੰਮ ਹੈ ਵਿਹਲਾ। ਇਹਦਾ ਨਾਂ ਆਪਾਂ ਰੱਖ ਲਿਆ ਹੋਣਾ ਵਿਹਲਾ ਦਿਹਾਤੀ, ਨਹੀਂ ਕੀ ਨਾਂ ਰੱਖਣਾ ਆਪਾਂ ਹੁਣ ਚੈਨਲ ਬਣਾਉਣਾ ਹੈ ਇਨਸ਼ਾਅੱਲਾ। ਇਹ ਨਵੇਂ ਚੈਨਲ 'ਤੇ ਇੱਕ ਵੀਡੀਓ ਬਣਾਇਆ ਸੋ, ਤਾਂ ਕਿ ਤਾਂ ਤੁਸੀਂ ਸਾਨੂੰ ਸਪੋਰਟ ਕਰਿਆ ਸੋ, ਅਤੇ ਬਾਅਦ ਇਨਸ਼ਾਅੱਲਾ ਭਾਈ ਦੇ ਉੱਤੇ ਨਹੀਂ ਵੱਜਣਾ ਜ਼ਿਆਦਾ, ਮਤਲਬ ਉੱਤੇ ਨਹੀਂ ਵੱਜਣਾ, ਲੈਵਲ ਕਰਨਾ ਨਾ ਭਾਈ ਦਾ। ਇਹਨੂੰ ਭਾਈ ਨੂੰ ਸਪੋਰਟ ਕਰੋ ਫੁੱਲ, ਭਾਈ ਦਾ ਨਾਂ ਚੈਨਲ ਦਾ ਨਾਂ ਅਸੀਂ ਸ਼ਬਾਦ ਆਸ਼ਿਕ 'ਤੇ ਵਿਵਰ। ਸਾਡਾ ਵਿਰਾਹ ਸਾਨੂੰ ਦੇਣ ਦਾ ਪੀਏ ਸ਼ਾਮੂ ਮੁਰਗਾ, ਅਤੇ ਹੁਣ ਅਸੀਂ ਗਿਫਟ ਲੈਂਦੇ ਪਏ। ਇਹ ਸਾਡਾ ਵਿਰਾਹ ਖੜਾ, ਇਹਦੇ ਆ ਜ਼ਰਾ ਵੀਡੀਓ ਤੇਰੀ ਬਣਦੀ ਬਈ। ਹਾਂ ਮੇਰੀ ਬਣਦੀ ਨਾ, ਅਤੇ ਇਹ ਹੁਣ ਸਾਡਾ ਵਿਰਾਹ ਹੈ, ਇਹ ਸਾਨੂੰ ਗਿਫਟ ਦੇ ਸੀ, ਗਿਫਟ ਦਿਓ ਗਿਫਟ ਦਿਓ। ਹਾਂ ਇਹ ਸਾਡਾ ਵਿਰਾਹ ਖੜਾ, ਸਾਨੂੰ ਗਿਫਟ ਦੇ ਸੀ, ਇਹਦੇ ਗਿਫਟ ਸ਼ਾਮੂ ਸ਼ਾਮੂ ਅਸਾਂ ਹੁਣ ਲੈਂਦੇ ਪਏ। ਗਿਫਟ ਦਿੱਤਾ ਭਾਈ ਨੇ, ਸਾਨੂੰ ਭਾਈ ਦੇਂਦਾ ਪਿਆ ਗਿਫਟ, ਸ਼ਾਮੂ ਲੈ ਦਾ ਚੜਾ ਦਿੱਤੇ ਖੜਾ ਐਂ ਬਣਾ ਤੇ ਵੀ ਲੋਕ ਬਣਾਉਣਾ ਨਾ YouTube ਤੇ ਸੱਚਾ। ਇਹ ਹੁਣ ਸਾਨੂੰ ਗਿਫਟ ਦੇਣ ਦਾ ਪਿਆ, ਇਹਨੂੰ ਕੋ ਕਾਰ ਬੱਚੇ ਦਾ ਬੱਚੇ ਦਾ ਹਾਂ ਜਨਾਬ। ਇਹ ਬੱਚਾ ਹੈ ਪਿਆ, ਇਹਦਾ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਇਹ ਕਿਹੜੀ ਨਸਲ ਦਾ ਹੈ ਪਿਆ। ਠੀਕ ਹੋ ਗਿਆ ਇਹ ਜਨਾਬ ਮੇਰੇ ਅੱਬੂ ਨੇ ਸ਼ਾਮ ਨੂੰ ਪੈਂਪਰ ਪਵਾ ਦਿੱਤਾ, ਤੇ ਚੈੱਕ ਕਰੋ ਕਣੀ ਝਾਈ ਆ ਮੈਂ ਦਾਦੀ ਆ ਤਲਕੜਾ ਕੇ ਨਾ ਵਾਤੇ ਕੋ ਕਣੀ ਝਾਈ ਆ ਮੈਂ ਦਾਦੀ ਆ ਆਕੜ ਵੈਂਦੀ ਕਣੀ ਆਲੇ ਨਹੀਂ ਆਲੇ ਨੂੰ ਕੱਤੇ ਨਾ ਹੱਥੇ।